ਬਾਲੀਵੁੱਡ ਇੰਡਸਟਰੀ ਦੇ ਉਹ ਮੂਵੀ ਡਾਇਰੈਕਟਰ ਜੋ ਕਿ ਪਛਾਣੇ ਜਾਂਦੇ ਨੇ ਆਪਣੇ ਪਰਫੈਕਟ ਕਹਾਣੀ, ਪਰਫੈਕਟ ਮੂਵੀ ਤੇ ਪਰਫੈਕਟ ਸ਼ਾਟਸ ਦੇ ਲਈ। ਜੀ ਹਾਂ, ਮੈਂ ਗੱਲ ਕਰ ਰਿਹਾ ਕਰਨ ਜੌਹਰ ਦੀ। ਬੀਤੀ ਰਾਤ ਕਰਨ ਜੌਹਰ ਦੇ ਫੇਮਸ ਸ਼ੋਅ ਕਾਫੀ ਵਿਦ ਕਰਨ ਦੇ ਵਿੱਚ ਸ਼ਿਰਕਤ ਕੀਤੀ ਦਿਲਜੀਤ ਦੋਸਾਂਝ ਤੇ ਬਾਦਸ਼ਾਹ ਨੇ। ਇਸ ਸ਼ੋਅ ਦੇ ਦੌਰਾਨ ਕਰਨ ਜੌਹਰ ਨੇ ਬਾਦਸ਼ਾਹ ਤੇ ਦਿਲਜੀਤ ਨੂੰ ਕਾਫੀ ਜ਼ਿਆਦਾ ਪਰਸਨਲ ਸਵਾਲ ਪੁੱਛੇ, ਪਰ ਦਿਲਜੀਤ ਨੇ ਇਹਨਾਂ ਸਵਾਲਾਂ ਨੂੰ ਕਦੀ ਹੱਸ ਕੇ, ਕਦੀ ਮਜ਼ਾਕ ਕਰਕੇ ਤੇ ਕਦੀ ਅੰਗਰੇਜ਼ੀ ਦਾ ਬਹਾਨਾ ਲਾ ਕੇ ਟਾਲ ਦਿੱਤਾ। ਦਿਲਜੀਤ ਦੇ ਮੂੰਹੋਂ ਕਰਨ ਜੌਹਰ ਲਈ ਇਹ ਵੀ ਨਿਕਲਿਆ ਕਿ ਇੱਦਾਂ ਦੇ ਖਤਰਨਾਕ ਸਵਾਲ ਅੱਜ ਤੱਕ ਉਹਨਾਂ ਨੂੰ ਕਿਸੇ ਨੇ ਵੀ ਨਹੀਂ ਪੁੱਛੇ। ਕਰਨ ਜੌਹਰ ਵੱਲੋਂ ਇਸ ਸ਼ੋਅ ਦੇ ਦੌਰਾਨ ਬਾਦਸ਼ਾਹ ਤੇ ਦਿਲਜੀਤ ਨੂੰ ਕੁਝ ਗੇਮਸ ਵੀ ਖਿਲਵਾਈਆਂ ਗਈਆਂ, ਜਿਹਦੇ ਵਿੱਚ ਜ਼ਿਆਦਾਤਰ ਮੱਲਾਂ ਬਾਦਸ਼ਾਹ ਨੇ ਹੀ ਮਾਰੀਆਂ। ਤੁਹਾਨੂੰ ਇਹ ਕੱਲ੍ਹ ਰਾਤ ਦਾ ਕੌਫੀ ਵਿਦ ਕਰਨ ਦਾ ਸ਼ੋਅ ਯਾਨੀ ਕਿ ਪ੍ਰੋਪਰ ਪਟੋਲਾ ਜੋੜੀ ਦੇ ਨਾਲ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ, ਤੇ ਲੇਟੈਸਟ ਅਪਡੇਟਸ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।